ਫਿਰੋਜ਼ਪੁਰ ਬੱਸ ਹਾਦਸੇ ਤੇ ਸਿਹਤ ਮੰਤਰੀ ਦਾ ਵਿਵਾਦਿਤ ਬਿਆਨ, ਕਿਹਾ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸੜਕ ਤੇ ਚੱਲਣਾ ਚਾਹੀਦਾ ਸਿਖਾਉਣਾ, ਕੋਈ ਡਰਾਈਵਰ ਜਾਣਬੁੱਝ ਕੇ ਹਾਦਸੇ ਨਹੀਂ ਕਰਦਾ, ਵਿਰੋਧੀਆਂ ਨੇ ਚੁੱਕੇ ਸਵਾਲ। ਅਬੋਹਰ ਕਤਲਕਾਂਡ 'ਚ 4 ਹੋਰ ਗ੍ਰਿਫਤਾਰੀਆਂ ਹੁਣ ਤੱਕ ਹੋ ਚੁੱਕੀਆਂ ਨੇ, ਕੁੱਲ 12 ਗ੍ਰਿਫਤਾਰੀਆਂ। ਅਬੋਹਰ 'ਚ 2 ਦਲਿਤ ਨੌਜਵਾਨਾਂ ਦੇ ਵੱਢ ਦਿੱਤੇ ਗਏ ਸਨ ਹੱਥ ਪੈਰ, ਇੱਕ ਦੀ ਹੋਈ ਸੀ ਮੌਤ। ਡੀਐਸ ਅਮਰਿੰਦਰ ਸਿੰਘ ਮਾਨ ਦੀ ਦੇਸ਼ ਵਿਰੋਧੀ ਮੰਗ, ਪੰਜਾਬ ਵਿੱਚ ਕਿਸਨੇ ਕਰਵਾਇਆ ਬਰਗਾੜੀ ਕਾਂਡ, ਸਰਬੱਤ ਖਾਲਸਾ ਦੇ ਪਿੱਛੇ ਕੀ ਸੀ ਮਕਸਦ, ਅੱਜ ਡਾਇਰੈਕਟ ਵਿਦ ਦਿਨੇਸ਼ ਵਿੱਚ ਦੇਖੋ ਸਿਮਰਨਜੀਤ ਸਿੰਘ ਮਾਨ ਦੇ ਨਾਲ ਪੂਰੀ ਗੱਲਬਾਤ ਰਾਤ 8 ਵਜੇ। ਬਰਗਾੜੀ ਗੋਲੀਕਾਂਡ ਮਾਮਲੇ ਦੀ ਜਾਂਚ ਲਈ ਗਠਿਤ ਜ਼ੋਰਾ ਸਿੰਘ ਕਮਿਸ਼ਨ ਦੇ ਮੁਖੀ ਪਹੁੰਚੇ ਫਰੀਦਕੋਟ, ਪ੍ਰਤੱਖ ਦਰਸ਼ੀਆਂ ਤੋਂ ਲਈ ਮਾਮਲੇ ਦੀ ਜਾਣਕਾਰੀ, ਲੋਕਾਂ ਨੂੰ ਐਫੀਡੇਵਿਟ ਜ਼ਰੀਏ ਬਿਆਨ ਦਰਜ ਕਰਵਾਉਣ ਨੂੰ ਕਿਹਾ। ਹੈਰਾਲਡ ਕੇਸ ਵਿੱਚ ਅੱਜ ਕੋਰਟ ਵਿੱਚ ਪੇਸ਼ ਹੋਣਗੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ, ਸੋਨੀਆ ਦਾ ਹੁਕਮ ਸ਼ਾਂਤੀ ਬਣਾਏ ਰੱਖੇ ਪਾਰਟੀ, ਕਾਂਗਰਸ ਨੇ ਬਦਲੀ ਰਣਨੀਤੀ, ਬਿਨਾਂ ਲਾਓ ਲਸ਼ਕਰ ਦੇ ਹੋਏਗੀ ਪੇਸ਼ੀ। ਨੈਸ਼ਨਲ ਹੈਰਾਲਡ ਮਾਮਲੇ ਵਿੱਚ ਅੱਜ ਸੂਬੇ ਭਰ ਵਿੱਚ ਕਾਂਗਰਸ ਦਾ ਪ੍ਰਦਰਸ਼ਨ, ਕਾਂਗਰਸ ਨੇ ਮੋਦੀ ਸਰਕਾਰ ਤੇ ਲਗਾਇਆ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰਨ ਦਾ ਇਲਜ਼ਾਮ। ਚੰਡੀਗੜ੍ਹ ਦੇ ਵਿੱਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਕਰਨਗੇ ਪ੍ਰੈਸ ਕਾਨਫਰੰਸ, ਪੰਜਾਬ ਕਾਂਗਰਸ ਵੱਲੋਂ ਮੁਜ਼ਾਹਰਿਆਂ ਦੀ ਰਣਨੀਤੀ ਦਾ ਕਰ ਸਕਦੇ ਨੇ ਖੁਲਾਸਾ। ਅਮਰੀਕਾ ਦੇ ਸਟੈਟਸਬਰਗ ਵਿੱਚ ਇੱਕ ਬਜ਼ੁਰਗ ਸਿੱਖ ਦੀ ਬਹਾਦਰੀ ਦਾ ਵੀਡੀਓ ਆਇਆ ਸਾਹਮਣੇ, ਸ਼ਾਟਗਨ ਦੇ ਦਮ ਤੇ ਚੋਰੀ ਕਰਨ ਆਏ ਚੋਰ ਨੂੰ ਜੁੱਤੀ ਮਾਰ ਕੇ ਭਜਾਇਆ। ਕੜਕ ਦੀ ਠੰਡ ਵਿੱਚ ਕਿੰਨੇ ਤਿਆਰ ਨੇ ਰਹਿਣ ਬਸੇਰੇ, ਠੰਡ ਤੋਂ ਕਿਵੇਂ ਹੋਏਗਾ ਬੱਚਾ, ਮਿਸ਼ਨ ਨਾਈਟ ਸ਼ੈਲਟਰ, ਜ਼ੀ ਪੰਜਾਬ ਰਹਿਣਾ ਹਿਮਾਚਲ ਤੇ ਅੱਜ ਪੂਰਾ ਦਿਨ। ਕਿਵੇਂ ਕਰੀਏ ਆਪਣੇ ਗਾਹਕਾਂ ਨੂੰ ਸੰਤੁਸ਼ਟ, ਕਿ ਸਿਰਫ ਚੰਗੀ ਆਫਟਰ ਸੇਲ ਸਰਵਿਸ ਬਣਾ ਸਕਦੀ ਹੈ ਤੁਹਾਡੇ ਬਿਜ਼ਨਸ ਨੂੰ ਕਾਮਯਾਬ, ਨਾਮੀ ਬਿਜ਼ਨਸਮੈਨ ਦਾ ਕਿਵੇਂ ਹੋਦਾ ਹੋਵੇ ਛੋਟੇ ਬਿਜ਼ਨਸਮੈਨ ਦੇ ਨਾਲ ਵਤੀਰਾ, ਕਿਵੇਂ ਕਰੋ ਆਪਣੇ ਮੁਲਾਜ਼ਮਾਂ ਨੂੰ ਉਤਸ਼ਾਹਤ। ਡਾਕਟਰ ਸੁਭਾਸ਼ ਚੰਦਰਾ ਸ਼ੋ ਅੱਜ ਸ਼ਾਮ 7 ਵਜੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ 4 ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਸ਼ਹੀਦੀ ਜੋੜ ਮੇਲਾ, ਗੁਰਦੁਆਰਾ ਭੱਠਾ ਸਾਹਿਬ 'ਚ 3 ਦਿਨ ਤੱਕ ਚੱਲੇਗਾ ਜੋੜ ਮੇਲਾ।